ਪਿਛਲੇ ਕੁਝ ਦਿਨਾਂ ਤੋਂ ਠੰਡ ਅਤੇ ਧੁੰਦ ਕਰਕੇ ਪੂਰੇ ਦੇਸ਼ ਵਿੱਚ ਜਹਾਜ਼ ਕ੍ਰੈਸ਼ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅੱਜ ਤੁਰਕੀ ਦੇ ਇਸਤਾਂਬੁਲ ਵਿੱਚ ਵੱਡਾ ਹਾਦਸਾ ਵਾਪਰ ਗਿਆ ਜਦੋਂ ਲੈਂਡ ਕਰਦੇ ਹੋਏ ਇੱਕ ਯਾਤਰੀ ਜਹਾਜ਼ ਦੇ ਟੋਟੇ ਟੋਟੇ ਹੋ ਗਏ। ਸੂਤਰਾਂ ਦਾ ਕਹਿਣਾ ਹੈ ਕਿ ਇਹ ਜਹਾਜ਼ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਵਿਚਕਾਰ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਜਹਾਜ਼ ਦੇ ਵਿੱਚ ਅੱਗ ਲੱਗ ਗਈ ਅਤੇ ਜਹਾਜ਼ ਦੇ 3 ਟੋਟੇ ਹੋ ਗਏ। ਇਸ ਭਿਆਨਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 150 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ। ਜਹਾਜ਼ ਵਿੱਚ ਕੁੱਲ 177 ਵਿਅਕਤੀ ਸਵਾਰ ਸਨ, ਜਿਸ ਵਿੱਚੋਂ 171 ਯਾਤਰੀ ਸਨ ਅਤੇ 6 ਕਰੂ ਮੈਂਬਰ ਸਨ। ਇਸ ਜਹਾਜ਼ ਨੇ ਇਜਮੀਰ ਸ਼ਹਿਰ ਤੋਂ ਉਡਾਨ ਭਰੀ ਸੀ ਅਤੇ ਇਸਤਾਂਬੁਲ ਦੇ ਏਅਰਪੋਰਟ ਤੇ ਉਤਰਦੇ ਹੋਏ ਇਹ ਖਤਰਨਾਕ ਹਾਦਸਾ ਵਾਪਰਿਆ। ਲਾਈਕ, ਸਬਸਕ੍ਰਾਈਬ, ਫੋਲੋ ਆਰ ਚੈਨਲਸ ਟੂ ਗੈਟ ਦ ਲੇਟੈਸਟ ਸਟੋਰੀਜ਼ ਐਂਡ ਨੋਟੀਫਿਕੇਸ਼ਨਸ।